ਇੱਕ ਵਾਰ ਇੰਦਰ ਦੇਵ ਕਿਸਾਨਾਂ ਨਾਲ ਰੁੱਸ ਗਏ ਤੇ ਉਹਨਾਂ ਬੱਦਲਾਂ ਨੂੰ ਇਹ ਹੁਕਮ ਦਿੱਤਾ ਕਿ ਜਿੰਨਾ ਚਿਰ ਭਗਵਾਨ ਸ਼ਿਵ ਜੀ ਆਪਣਾ ਡਮਰੂ ਨਹੀਂ ਵਜਾਉਂਦੇ ਤੁਸੀਂ ਮੀਂਹ ਨਹੀਂ ਵਰਸਾਉਣਾ। ਦੂਜੇ ਪਾਸੇ ਇੰਦਰ ਦੇਵ ਨੇ ਸ਼ਿਵ ਜੀ ਨੂੰ ਅਗਲੇ 12 ਸਾਲਾਂ ਤੱਕ ਆਪਣਾ ਡਮਰੂ ਨਾ ਵਜਾਉਣ ਲਈ ਮਨਾ ਲਿਆ। ਇਸ ਗੱਲ ਦਾ ਪਤਾ ਜਦੋਂ ਕਿਸਾਨਾਂ ਨੂੰ ਚੱਲਿਆ ਤਾਂ ਉਹਨਾਂ ਨੇ ਖੇਤੀ ਕਰਨਾ ਹੀ ਛੱਡ ਦਿੱਤਾ, ਪਰ ਇੱਕ ਕਿਸਾਨ ਲਗਾਤਾਰ ਆਪਣੇ ਖੇਤਾਂ ਵਿੱਚ ਕੰਮ ਕਰਦਾ ਰਿਹਾ। ਉਹ ਲਗਾਤਾਰ ਆਪਣੇ ਖੇਤਾਂ ਨੂੰ ਬੀਜ ਤੇ ਖਾਦ ਪਾਉਂਦਾ ਰਿਹਾ। ਬਾਕੀ ਦੇ ਸਾਰੇ ਕਿਸਾਨ ਉਸਦਾ ਮਜ਼ਾਕ ਉਡਾਉਂਦੇ ਰਹੇ, ਪਰ ਫੇਰ ਵੀ ਉਸਨੇ ਖੇਤੀ ਕਰਨੀ ਨਹੀਂ ਛੱਡੀ। ਜਦੋਂ 2 ਸਾਲਾਂ ਤੱਕ ਫਸਲ ਖਰਾਬ ਹੋਣ ਤੋਂ ਬਾਅਦ ਵੀ ਉਹ ਕਿਸਾਨ ਖੇਤਾਂ ਵਿੱਚ ਕੰਮ ਕਰਦਾ ਰਿਹਾ ਤਾਂ ਸਭ ਨੇ ਇਸਦਾ ਕਾਰਨ ਪੁੱਛਿਆ ਤਾਂ ਉਹ ਕਿਸਾਨ ਕਹਿਣ ਲੱਗਿਆ ਕਿ ਹਾਂ ਸਹੀ ਗੱਲ ਹੈ ਕਿ ਅਗਲੇ 12 ਸਾਲਾਂ ਤੱਕ ਮੀਂਹ ਨਹੀਂ ਪੈਣਾ, ਪਰ ਜੇ ਮੈਂ ਆਪਣੀ ਪ੍ਰੈਕਟਿਸ ਕਰਨੀ ਬੰਦ ਕਰ ਦਿੱਤੀ ਤਾਂ ਹੋ ਸਕਦਾ ਹੈ ਕਿ 12 ਸਾਲਾਂ ਵਿੱਚ ਮੈਂ ਖੇਤੀ ਕਰਨਾ ਹੀ ਭੁੱਲ ਜਾਵਾਂ। ਜਾਂ ਇਹ ਵੀ ਹੋ ਸਕਦਾ ਹੈ ਕਿ 12 ਸਾਲ ਵਿਹਲੇ ਰਹਿਣ ਤੋਂ ਬਾਅਦ ਮੇਰਾ ਸਰੀਰ ਖੇਤੀ ਕਰਨ ਲਾਇਕ ਰਹੇ ਹੀ ਨਾ। ਉਸ ਕਿਸਾਨ ਦੀ ਕਹੀ ਇਹ ਗੱਲ ਮਾਤਾ ਪਾਰਵਤੀ ਜੀ ਨੇ ਸੁਣ ਲਈ ਤੇ ਉਹਨਾਂ ਨੂੰ ਕਿਸਾਨ ਤੇ ਤਰਸ ਆ ਗਿਆ। ਉਹਨਾਂ ਨੇ ਕਿਸਾਨ ਦੀ ਕਹੀ ਇਹ ਗੱਲ ਭਗਵਾਨ ਸ਼ਿਵ ਜੀ ਨੂੰ ਦੱਸੀ ਤੇ ਉਹਨਾਂ ਤੋਂ ਇੱਕ ਸਵਾਲ ਕੀਤਾ ਕਿ ਜੇ 12 ਸਾਲ ਡਮਰੂ ਨਾ ਵਜਾਉਣ ਨਾਲ ਤੁਸੀਂ ਵੀ ਡਮਰੂ ਵਜਾਉਣਾ ਹੀ ਭੁੱਲ ਗਏ ਫੇਰ? ਇਹ ਗੱਲ ਸੁਣ ਕੇ ਭੋਲੇ ਬਾਬਾ ਨੂੰ ਚਿੰਤਾ ਹੋਣ ਲੱਗ ਪਈ ਤੇ ਉਹਨਾਂ ਨੇ ਪ੍ਰੈਕਟਿਸ ਕਰਨ ਲਈ ਆਪਣਾ ਡਮਰੂ ਵਜਾਉਣਾ ਸ਼ੁਰੂ ਕਰ ਦਿੱਤਾ। ਤੇ ਜਿਵੇਂ ਹੀ ਸ਼ਿਵ ਜੀ ਨੇ ਡਮਰੂ ਵਜਾਉਣਾ ਸ਼ੁਰੂ ਕੀਤਾ, ਬੱਦਲਾਂ ਨੇ ਪੂਰੇ ਜ਼ੋਰਦਾਰ ਤਰੀਕੇ ਨਾਲ ਵਰਸਣਾ ਸ਼ੁਰੂ ਕਰ ਦਿੱਤਾ। ਜਿਹੜਾ ਕਿਸਾਨ ਖੇਤਾਂ ਵਿੱਚ ਮਿਹਨਤ ਕਰ ਰਿਹਾ ਸੀ ਉਹਨੂੰ ਤਾਂ ਆਪਣੀ ਮਿਹਨਤ ਦਾ ਭਰਪੂਰ ਫਲ ਮਿਲਿਆ, ਪਰ ਬਾਕੀ ਦੇ ਸਾਰੇ ਕਿਸਾਨ ਨਿਰਾਸ਼ ਹੋ ਗਏ ਕਿ ਉਹਨਾਂ ਨੇ ਇੰਨਾ ਵਧੀਆ ਮੌਕਾ ਆਪਣੇ ਹੱਥੋਂ ਗਵਾ ਦਿੱਤਾ। ਇਸ ਕਹਾਣੀ ਤੋਂ ਸਿੱਟਾ ਇਹ ਨਿਕਲਿਆ ਕਿ ਸਾਨੂੰ ਬਿਨਾਂ ਚੰਗੇ ਮੌਕਿਆਂ ਦਾ ਇੰਤਜ਼ਾਰ ਕੀਤੇ ਲਗਾਤਾਰ ਇਮਾਨਦਾਰੀ ਨਾਲ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਤਾਂ ਫੇਰ ਜਦੋਂ ਚੰਗੇ ਮੌਕੇ ਆਉਣਗੇ ਤਾਂ ਸ਼ੋਰ ਹੈ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲੂਗਾ। ਇਸ ਸਟੋਰੀ ਤੋਂ ਇੱਕ ਮੋਰਲ ਇਹ ਵੀ ਨਿਕਲਦਾ ਹੈ ਕਿ ਪ੍ਰੈਕਟਿਸ ਬੋਰਿੰਗ ਹੁੰਦੀ ਹੈ, ਪਰ ਪ੍ਰੈਕਟਿਸ ਕਰਨ ਨਾਲ ਹੀ ਸਾਨੂੰ ਸ਼ਾਨਦਾਰ ਰਿਜ਼ਲਟ ਮਿਲਦੇ ਹੈ। ਇਹ ਸੀ ਅੱਜ ਦਾ ਕਵਿਕ ਮੋਰਨਿੰਗ ਲੈਸਨ। ਜੇ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਜਨਾਬ, ਤੇ ਜੇ ਤੁਸੀਂ ਹਰ ਸਵੇਰ ਦੀ ਸ਼ੁਰੂਆਤ ਇਸ ਤਰ੍ਹਾਂ ਦੇ ਇੱਕ ਸ਼ਾਨਦਾਰ ਵੀਡੀਓ ਨਾਲ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦੱਬ ਦਿਓ, ਕਿਉਂਕਿ ਹਰ ਸਕਸੈਸ ਦੀ ਸ਼ੁਰੂਆਤ ਬਸ ਇੱਕ ਵਿਚਾਰ ਨਾਲ ਹੀ ਹੁੰਦੀ ਹੈ ਤੇ ਕੀ ਪਤਾ ਕਿਹੜਾ ਵੀਡੀਓ ਤੁਹਾਡੀ ਪੂਰੀ ਲਾਈਫ ਚੇਂਜ ਕਰ ਦੇਵੇ। ਤੇ ਆਪਣੇ ਮੋਟੀਵੇਸ਼ਨ ਦੇ ਲੈਵਲ ਨੂੰ ਹੋਰ ਜ਼ਿਆਦਾ ਵਧਾਉਣ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ। ਆਪਣੀ ਇਸ ਮਿਲੀਅਨ ਡਾਲਰ ਮੋਰਨਿੰਗ ਦਾ ਕੁਝ ਸਮਾਂ ਸਾਡੇ ਨਾਲ ਬਿਤਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁੱਡ ਬਾਏ ਐਂਡ ਹੈਵ ਏ ਪ੍ਰੋਡਕਟਿਵ ਡੇ।